ਇੰਗਲੈਂਡ 'ਚ ਖੇਡੇ ਜਾ ਰਹੇ ਕ੍ਰਿਕਟ ਵਰਲਡ ਕੱਪ ਵਿੱਚ ਸੈਮੀਫਾਈਨਲ 'ਚ ਕੌਣ ਪਹੁੰਚੇਗਾ? ਫਿਲਹਾਲ ਇਹ ਸਵਾਲ ਟੌਪ ਤੇ ਪਹੁੰਚ ਗਿਆ ਹੈ। ਜਾਣਦੇ ਹਾਂ ਵੀ ਕੌਣ ਪਹੁੰਚ ਸਕਦਾ ਹੈ ਤੇ ਕੌਣ ਨਹੀਂ ਪਹੁੰਚ ਸਕਦਾ ਸੈਮੀਫਾਈਨਲ 'ਚ। ਟੌਪ ਤੇ ਕੌਣ ਚੱਲ ਰਿਹਾ? ਨਿਊਜ਼ੀਲੈਂਡ ਦੇ 11 ਅੰਕ ਨੇ, 5 ਮੈਚ ਜਿੱਤ ਚੁੱਕੀ ਹੈ ਤੇ 1 ਮੈਚ ਵਿੱਚ ਉਹਦਾ 1-1 ਅੰਕ ਡਿਵਾਈਡ ਹੋ ਗਿਆ ਸੀ ਕਿਉਂਕਿ ਇੰਡੀਆ ਨਾਲ ਮੈਚ ਸੀ ਤੇ ਮੀਂਹ ਆ ਕੇ ਮੈਚ ਹੋ ਨਹੀਂ ਸਕਿਆ ਸੀ। ਦੂਜੇ ਨੰਬਰ ਤੇ ਚੱਲ ਰਹੀ ਹੈ ਆਸਟ੍ਰੇਲੀਆ। ਆਸਟ੍ਰੇਲੀਆ ਦੀ ਟੀਮ ਇੰਡੀਆ ਤੋਂ ਹਾਰ ਗਈ ਪਰ 6 ਮੈਚਾਂ ਵਿੱਚੋਂ 5 ਜਿੱਤ ਕੇ 10 ਅੰਕਾਂ ਨਾਲ ਦੂਜੇ ਨੰਬਰ ਤੇ ਬੈਠੀ ਹੈ। ਤੇ ਇੰਡੀਆ ਦਾ ਕੀ ਸੀਨ ਹੈ? ਤੀਜੇ ਨੰਬਰ ਤੇ ਚੱਲ ਰਹੀ ਹੈ ਇੰਡੀਆ, ਜਿਹਦੇ 9 ਅੰਕ ਨੇ, 4 ਜਿੱਤਾਂ ਹੁਣ ਤੱਕ ਰਜਿਸਟਰ ਕਰ ਚੁੱਕੀ ਹੈ। ਬਾਕੀ ਬਚੇ ਨੇ ਮੈਚ ਵੈਸਟ ਇੰਡੀਜ਼ ਨਾਲ, ਜਿਹੜੀ ਟੀਮ ਨਾਲੋਂ ਇੰਡੀਆ ਨੂੰ ਤਕੜੀ ਸਮਝਿਆ ਜਾ ਰਿਹਾ। ਦੂਜਾ ਮੈਚ ਬਚਿਆ ਇੰਗਲੈਂਡ ਨਾਲ, ਜਿਹਦੇ ਨਾਲ ਸ਼ਾਇਦ ਮੁਕਾਬਲਾ ਬਹੁਤ ਕੜਾ ਹੋਵੇ। 1 ਮੈਚ ਹੈ ਸ਼੍ਰੀਲੰਕਾ ਨਾਲ ਤੇ 1 ਮੈਚ ਹੈ ਬੰਗਲਾਦੇਸ਼ ਨਾਲ। ਇਹਨਾਂ 4 ਚੋਂ 1 ਮੈਚ ਵੀ ਜੇ ਇੰਡੀਆ ਜਿੱਤ ਜਾਂਦੀ ਹੈ ਤਾਂ ਇੰਡੀਆ ਦਾ ਸੈਮੀਫਾਈਨਲ 'ਚ ਪਹੁੰਚਣਾ ਆਲਮੋਸਟ ਪੱਕਾ ਹੈ। ਮੇਜ਼ਬਾਨ ਟੀਮ ਹੈ ਇੰਗਲੈਂਡ, ਜਿਹਨੂੰ ਵਰਲਡ ਕੱਪ ਜਿੱਤਣ ਦਾ ਸਭ ਤੋਂ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਇੰਗਲੈਂਡ ਤਾਂ ਜਿੱਤ ਨਹੀਂ ਰਹੀ ਸੀ, ਉਹ 6 ਵਿੱਚੋਂ 4 ਮੈਚ ਜਿੱਤ ਕੇ 4th ਨੰਬਰ ਤੇ ਬੈਠੀ ਹੈ। ਇੰਗਲੈਂਡ ਦੇ ਬਾਕੀ ਬਚੇ ਨੇ 3 ਮੈਚ, 3 ਮੈਚਾਂ ਵਿੱਚੋਂ ਜੇ ਉਹ 3 ਹੀ ਹਾਰ ਗਈ ਤਾਂ ਫਿਰ ਤਾਂ ਬਾਹਰ ਹੋਣਾ ਆਲਮੋਸਟ ਪੱਕਾ ਹੀ ਹੈ। ਆਲਮੋਸਟ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜੋੜ ਤੋੜ ਕਿਸੇ ਹੋਰ ਟੀਮ ਦਾ, ਕਿਸੇ ਹੋਰ ਤੋਂ ਜਿੱਤ ਜਾਣਾ, ਜੋੜ ਤੋੜ ਤੋਂ ਬਾਅਦ ਹੀ ਇੰਗਲੈਂਡ ਦਾ ਅਗਾਂਹ ਪਹੁੰਚਣਾ ਪੱਕਾ ਹੋਏਗਾ। ਪਾਕਿਸਤਾਨ ਸੈਮੀਫਾਈਨਲ 'ਚ ਪਹੁੰਚੇਗਾ ਤੇ ਪਹੁੰਚੇਗਾ ਕਿਵੇਂ? ਕੁਝ ਸਮਝ ਨਹੀਂ ਆਉਂਦੀ ਪਾਕਿਸਤਾਨ ਟੀਮ ਦੀ। ਪਾਕਿਸਤਾਨ ਦੀ ਟੀਮ ਕ੍ਰਿਕਟ ਦੇ ਅਨਪ੍ਰਡਿਕਟੇਬਲ ਹੋਣ ਦੇ, ਮਤਲਬ ਕ੍ਰਿਕਟ ਦੀ ਭਵਿੱਖਬਾਣੀ ਨਾ ਹੋਣ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਇਨਫੈਕਟ ਜਦੋਂ ਪਾਕਿਸਤਾਨ 1992 'ਚ ਵਰਲਡ ਕੱਪ ਜਿੱਤੀ ਸੀ ਉਸ ਵੇਲੇ ਕਪਤਾਨ ਸੀ ਇਮਰਾਨ ਖਾਨ, ਜੋ ਅੱਜ ਕੱਲ੍ਹ ਨੇ ਪ੍ਰਧਾਨ ਮੰਤਰੀ ਅਤੇ ਉਹ ਟਵਿੱਟਰ 'ਤੇ ਸਲਾਹਾਂ ਦਿੰਦੇ ਰਹਿੰਦੇ ਹੈ। ਗੱਲ ਇਹ ਸੀ ਕਿ ਉਸ ਵੇਲੇ ਵੀ ਪਾਕਿਸਤਾਨ ਬਹੁਤ ਸਲੋਲੀ ਟੂਰਨਾਮੈਂਟ ਵਿੱਚ ਤੁਰਿਆ ਸੀ ਪਰ ਅਲਟੀਮੇਟਲੀ ਜਿੱਤ ਗਿਆ ਸੀ। ਫਿਲਹਾਲ ਪਾਕਿਸਤਾਨ 6 ਮੈਚ ਖੇਡ ਚੁੱਕਾ ਹੈ ਅਤੇ ਉਹਦੇ 5 ਨੰਬਰ ਨੇ, ਉਹ 7ਵੇਂ ਨੰਬਰ 'ਤੇ ਬੈਠਾ ਹੈ। ਹਾਂ, ਸਾਊਥ ਅਫਰੀਕਾ ਨੂੰ ਹਰਾ ਕੇ ਉਹਨੇ ਵਾਪਸੀ ਦੇ ਸੰਕੇਤ ਪੂਰੇ ਦੇ ਦਿੱਤੇ ਨੇ। ਬਾਕੀ ਬਚੇ ਮੈਚ ਨੇ 1 ਅਫਗਾਨਿਸਤਾਨ ਨਾਲ, 1 ਨਿਊਜ਼ੀਲੈਂਡ ਨਾਲ, 1 ਬੰਗਲਾਦੇਸ਼ ਨਾਲ। ਜੇ ਪਾਕਿਸਤਾਨ ਇਹ 3 ਮੈਚ ਜਿੱਤ ਜਾਂਦਾ ਹੈ ਤਾਂ ਫਿਰ ਉਹਦੇ ਅੰਕ ਹੋ ਜਾਣਗੇ 11। ਹੁਣ ਸਰਫਰਾਜ਼ ਅਹਿਮਦ ਐਂਡ ਕੰਪਨੀ ਦੀ ਉਮੀਦ ਇਹ ਹੈ ਵੀ ਇੰਗਲੈਂਡ ਆਪਦੇ ਬਾਕੀ ਬਚੇ ਮੈਚਾਂ ਵਿੱਚੋਂ 1 ਵੀ ਨਾ ਜਿੱਤੇ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਘੱਟੋ ਘੱਟ 1-1 ਮੈਚ ਹਾਰ ਜਾਣ। ਬੰਗਲਾਦੇਸ਼ ਨੂੰ ਤਾਂ ਪਾਕਿਸਤਾਨ ਆਪ ਹਰਾ ਸਕਦੀ ਹੈ, ਸ਼੍ਰੀਲੰਕਾ ਦਾ ਮੈਚ ਇੰਡੀਆ ਨਾਲ ਬਾਕੀ ਹੈ। ਪਹਿਲਾਂ ਇਹ ਦੱਸੋ ਕਿ ਇੰਡੀਆ ਤੇ ਪਾਕਿਸਤਾਨ ਦਾ ਵੀ ਦੁਬਾਰਾ ਮੈਚ ਹੋਏਗਾ। 9 ਜੁਲਾਈ ਨੂੰ ਮੈਨਚੈਸਟਰ 'ਚ ਪਹਿਲਾ ਸੈਮੀਫਾਈਨਲ ਹੈ, 11 ਜੁਲਾਈ ਨੂੰ ਬਰਮਿੰਗਮ 'ਚ ਦੂਜਾ ਸੈਮੀਫਾਈਨਲ ਹੈ। ਦੇਖਦੇ ਹਾਂ ਕਿ ਜੇ ਦੋਨੋਂ ਟੀਮਾਂ ਟੌਪ 4 'ਚ ਪਹੁੰਚ ਗਈਆਂ ਤਾਂ ਫਿਰ ਇੰਡੀਆ ਪਾਕਿਸਤਾਨ ਦਾ ਸੈਮੀਫਾਈਨਲ ਹੋ ਸਕੇਗਾ ਜਾਂ ਨਹੀਂ, ਪਰ ਅਗਰ ਮਗਰ ਬਹੁਤ ਹੈ, ਨੰਬਰਾਂ ਦੀ ਗੇਮ ਬਹੁਤ ਜ਼ਿਆਦਾ ਚੱਲ ਰਹੀ ਹੈ, ਜੇ ਦੋਨੋਂ ਟੀਮਾਂ ਸੈਮੀਫਾਈਨਲ 'ਚ ਪਹੁੰਚ ਗਈਆਂ ਅਤੇ ਵੱਖਰੇ ਵੱਖਰੇ ਪਹੁੰਚ ਗਈਆਂ ਤਾਂ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਦੋਵਾਂ ਦਾ ਫਾਈਨਲ ਹੀ ਹੋ ਜਾਏ, ਪਰ ਕ੍ਰਿਕਟ ਅਨਪ੍ਰਡਿਕਟੇਬਲ ਹੈ ਜੀ, ਅਜੇ ਬਹੁਤ ਕੁਝ ਬਾਕੀ ਹੈ। ਉਮੀਦ ਹੈ ਇਸ ਵੀਡੀਓ ਨਾਲ ਤੁਹਾਨੂੰ ਵਰਲਡ ਕੱਪ ਦਾ ਮੈਚ ਸਮਝਣ 'ਚ ਥੋੜ੍ਹੀ ਜਿਹੀ ਹੋਰ ਆਸਾਨੀ ਹੋਏਗੀ। ਬਾਕੀ ਕਵਰੇਜ ਲਈ ਸਾਡੇ ਨਾਲ ਜੁੜੋ, bbc.com/punjabi ਸਾਡੀ ਵੈਬਸਾਈਟ ਹੈ। ਸਾਨੂੰ ਫੇਸਬੁੱਕ 'ਤੇ ਵੀ ਲਾਈਕ ਜ਼ਰੂਰ ਕਰੋ, ਯੂਟਿਊਬ 'ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਆਪਾਂ ਜੁੜੇ ਰਹੀਏ, ਅਤੇ ਸੁਝਾਅ ਸਾਡੇ ਨਾਲ ਸਾਂਝੇ ਜ਼ਰੂਰ ਕਰੋ। ਧੰਨਵਾਦ।